ਜੇ ਸਤਿਗੁਰੂ ਅਸਲੀ ਪਾਰਸ ਹੈ ਤੇ ਉਹਦੇ ਸਿੱਖ ਵੀ ਅਸਲੀ ਪਾਰਸ ਨੇ। ਪਾਰਸ ਦੇ ਬਾਰੇ ਤਾਂ ਇਹ ਕਿਹਾ ਜਾਂਦਾ ਕਿ ਉਹ ਸੋਨਾ ਬਣਾ ਦਿੰਦਾ ਲੋਹੇ ਦੀਆਂ ਚੀਜ਼ਾਂ ਨੂੰ, ਤੇ ਸਤਿਗੁਰੂ ਇਦਾਂ ਦਾ ਪਾਰਸ ਹੈ ਕਿ ਉਹ ਆਪਣੇ ਵਰਗੇ ਹੀ ਬਣਾ ਦਿੰਦਾ। ਜਿਨ੍ਹਾਂ ਲੋਕਾਂ ਵਿੱਚ ਕੋਈ ਗੁਣ ਨਾ ਹੋਵੇ ਉਹਨਾਂ ਦੇ ਅੰਦਰ ਗੁਣ ਪੈਦਾ ਕਰ ਦਿੰਦਾ, ਜਿਨ੍ਹਾਂ ਲੋਕਾਂ ਦੇ ਵਿੱਚ ਮੂਰਖਤਾ ਹੋਵੇ ਉਹਨਾਂ ਦੀ ਸਿਆਣਪ ਪੈਦਾ ਕਰ ਦਿੰਦਾ, ਮੂਰਖਤਾ ਖਤਮ ਕਰ ਦਿੰਦਾ। ਜਿਹੜੇ ਲੋਕ ਮਨ ਦੇ ਕੰਗਾਲ ਹੋਣ ਉਹ ਹੀਰੇ ਜਵਾਹਰਾਤਾਂ ਵਰਗੇ ਗੁਣਾਂ ਦੇ ਨਾਲ ਭਰ ਜਾਂਦੇ ਨੇ, ਸਤਿਗੁਰੂ ਦੇ ਕੋਲ ਆ ਕੇ ਜੀਵਨ ਉੱਚਾ ਸੁੱਚਾ ਹੋ ਜਾਂਦਾ। ਸਤਿਗੁਰੂ ਇੱਦਾਂ ਦਾ ਪਾਰਸ ਹੈ। ਤੇ ਭਾਈ ਗੁਰਦਾਸ ਸਾਹਿਬ ਨੇ ਕਿਹਾ, ਸਤਿਗੁਰ ਪਾਰਸ ਪਰਸਿਐ ਕੰਚਨ ਕਰੈ ਮਨੂਰ ਮਲੀਨਾ। ਜੇ ਸਤਿਗੁਰ ਨੂੰ ਪਰਸੀਏ ਨਾ, ਸਪਰਸ਼ ਕਰੀਏ, ਤੇ ਭੈੜੇ ਤੋਂ ਭੈੜੇ ਮਨ ਵਾਲੇ ਬੰਦੇ ਦਾ ਮਨ ਵੀ ਸੋਨੇ ਵਰਗਾ ਹੋ ਜਾਏਗਾ, ਮਨ ਪਾਕ ਪਵਿੱਤਰ ਹੋ ਜਾਏਗਾ, ਮਨ ਦੀ ਸਾਰੀ ਮੈਲ ਲੱਥ ਜਾਏਗੀ, ਅੰਦਰ ਦੀ ਦੁਬਧਾ ਖਤਮ ਹੋ ਜਾਏਗੀ। ਸਤਿਗੁਰ ਬਾਵਨ ਚੰਦਨ। ਸਤਿਗੁਰੂ ਕੀ ਹੈ ਜੀ ਭਲਾ? ਚੰਦਨ ਦਾ ਰੁੱਖ ਹੈ। ਬਾਵਨ ਦਾ ਮਤਲਬ ਹੁੰਦਾ 52 ਉਂਗਲਾਂ, ਜਿਹੜਾ ਚੰਦਨ ਹੁੰਦਾ ਚੰਦਨ, ਚੰਦਨ ਨੂੰ ਬਾਵਨ ਚੰਦਨ ਆਖਿਆ ਜਾਂਦਾ। ਬਾਵਨ, ਬਾਵਨ ਦਾ ਮਤਲਬ ਛੋਟਾ ਹੁੰਦਾ ਨਾ, ਚੰਦਨ ਦਾ ਦਰਖਤ ਬਹੁਤ ਛੋਟਾ ਹੁੰਦਾ, ਇਸ ਕਰਕੇ ਉਹਨੂੰ ਬਾਵਨ ਚੰਦਨ ਆਖਿਆ ਜਾਂਦਾ। ਹੁੰਦਾ ਸਭ ਤੋਂ ਛੋਟਾ ਵਿਚਾਰਾ, ਲੇਕਿਨ ਕੀਮਤ ਬਹੁਤ ਹੁੰਦੀ, ਕੀਮਤ ਬਹੁਤ ਹੁੰਦੀ ਉਹਦੀ। ਹੁਣ ਚੰਦਨ ਅਤੇ ਨਾਲ ਦੀ ਨਾਲ ਆਪਾਂ ਸਿੰਮਲ ਦੇ ਰੁੱਖ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਵੀ ਸਿੰਮਲ ਆਏਗਾ ਜੀ ਗਾਂਹ ਜਾ ਕੇ। ਪਹਿਲਾਂ ਆਪਾਂ ਚੰਦਨ ਦੀ ਗੱਲ ਕਰੀਏ। ਚੰਦਨ 52 ਉਂਗਲਾਂ ਉੱਚਾ ਹੁੰਦਾ, ਪਰ ਇੱਕ ਨਿੱਕੀ ਜਿਹੀ ਲੱਕੜ ਵੀ ਲੈਣੀ ਹੋਵੇ ਤਾਂ ਕਿੰਨੀ ਮਹਿੰਗੀ ਮਿਲਦੀ ਹੈ ਉਹਦੀ, ਕਿੰਨਾ ਕੀਮਤੀ ਹੁੰਦਾ ਉਹ। ਸਤਿਗੁਰ ਬਾਵਨ ਚੰਦਨ। ਸਤਿਗੁਰੂ ਚੰਦਨ ਦੇ ਰੁੱਖ ਵਰਗਾ ਹੈ, ਬੜਾ ਮਹਿੰਗਾ ਹੈ, ਸੁਗੰਧੀ ਨਾਲ ਭਰਿਆ ਹੋਇਆ। ਵਾਸ ਸੁਵਾਸ ਕਰੈ ਲਖੀਨਾ, ਤੇ ਉਹਦੇ ਚਰਨਾਂ ਦੇ ਵਿੱਚ ਕੋਈ ਵੀ ਆ ਜਾਏ, ਬਾਂਸ ਵਰਗਾ ਦਰਖਤ ਵੀ ਆ ਜਾਏ, ਤੇ ਸਤਿਗੁਰੂ ਉਹਦੇ ਅੰਦਰ ਵੀ ਸੁਗੰਧੀ ਪੈਦਾ ਕਰ ਦਿੰਦਾ। ਨੌਲੇਜ ਵਾਲੀ ਗੱਲ ਕਰੀਏ ਜੀ ਆਪਾਂ, ਜਿਹੜੇ ਜੰਗਲ ਦੇ ਵਿੱਚ ਚੰਦਨ ਦੇ ਰੁੱਖ ਹੋਣ, ਉਹਦੇ ਆਸੇ ਪਾਸੇ ਦੇ ਸਾਰੇ ਜਿਹੜੇ ਦਰਖਤ ਹੁੰਦੇ ਨੇ ਨਾ, ਸੁਗੰਧੀ ਨਾਲ ਭਰ ਜਾਂਦੇ ਆ। ਸੁਗੰਧੀ ਹੀ ਸੁਗੰਧੀ, ਸੁਗੰਧੀ ਹੀ ਸੁਗੰਧੀ, ਉਹਨਾਂ ਦੇ ਪੱਤਿਆਂ 'ਚੋਂ, ਉਹਨਾਂ ਦੇ ਫੁੱਲਾਂ ਵਿੱਚੋਂ, ਉਹਨਾਂ ਦੀਆਂ ਟਾਹਣੀਆਂ 'ਚੋਂ ਸੁਗੰਧੀ ਆਉਣੀ ਸ਼ੁਰੂ ਹੋ ਜਾਂਦੀ। ਪਰ ਇੱਕ ਬਦਕਿਸਮਤ ਹੁੰਦਾ ਹੈ, ਵਾਂਸ ਦਾ ਰੁੱਖ ਬਹੁਤ ਬਦਕਿਸਮਤ ਹੁੰਦਾ ਹੈ, ਇਹ ਬਿਲਕੁਲ ਚੰਦਨ ਦੇ ਕੋਲ ਵੀ ਕਿਉਂ ਨਾ ਖੜਾ ਹੋਵੇ, ਵਿਚਾਰੇ ਦੇ ਅੰਦਰ ਸੁਗੰਧੀ ਨਹੀਂ ਜਾਂਦੀ। ਇੱਦਾਂ ਦੇ ਲੋਕ ਹੁੰਦੇ ਨੇ, ਅਸੀਂ ਐਸ ਇਸ ਤਰ੍ਹਾਂ ਦੇ, 80-80 ਸਾਲ, 90-90 ਸਾਲ, 100-100 ਸਾਲ ਜ਼ਿੰਦਗੀਆਂ ਲੰਘ ਗਈਆਂ, ਰੋਜ਼ਾਨਾ ਮੱਥਾ ਟੇਕ ਕੇ, ਰੋਜ਼ਾਨਾ ਬਾਣੀ ਪੜ੍ਹਦੇ ਹਾਂ, ਰੋਜ਼ਾਨਾ ਨਿਤਨੇਮ ਕਰਦੇ ਹਾਂ, ਪਰ ਕੀ ਹੈ ਜੀ, ਬਣੇ ਰਹੇ ਵਾਂਸ ਦੇ ਰੁੱਖ, ਸੁਗੰਧੀ ਨਹੀਂ ਆਈ ਬਾਣੀ ਦੀ। ਭਲਾ ਕਿੱਦਾਂ ਆਉਂਦੀ ਹੈ ਉਹ, ਕਿ 8-8, 9-9, 10-10 ਬਾਣੀਆਂ ਪੜ੍ਹਨ ਦੇ ਨਾਲ ਜੀਵਨ ਸੁਧਰਦਾ? ਕਦੇ ਵੀ ਨਹੀਂ। ਇਹ ਸੱਚ ਹੈ, ਜੀਵਨ ਉਦੋਂ ਸੁਧਰਦਾ ਜਦੋਂ ਇੱਕ ਪੰਗਤੀ ਪੜ੍ਹਿਆ ਵੀ ਅੰਦਰ ਅਸਰ ਕਰ ਜਾਏ, ਅਤੇ ਜੇ ਬਾਣੀ ਪੜ੍ਹਨ ਵਾਲੇ, ਬਾਣੀ ਪੜ੍ਹ ਰਹੇ ਆਪਾਂ, ਅਤੇ ਜੇ ਬਾਣੀ ਪੜ੍ਹਨ ਵਾਲਿਆਂ ਦੇ ਅੰਦਰ ਹੀ ਦੁਬਦਾ, ਬਾਣੀ ਪੜ੍ਹਨ ਵਾਲੇ ਈਰਖਾ ਨਾਲ ਭਰੇ ਨੇ, ਬਾਣੀ ਪੜ੍ਹਦਿਆਂ ਹੀ ਗੁੱਸਾ ਹੈ, ਕਿਸੇ ਦਾ ਬੁਰਾ ਕਰਨ ਦੀ ਚਾਹਣ ਹੈ, ਬਾਣੀ ਪੜ੍ਹਦਿਆਂ ਹੀ ਮਨ ਦੇ ਵਿੱਚ ਭੈੜੇ ਭੈੜੇ ਖਿਆਲ ਆਉਂਦੇ ਨੇ, ਅਤੇ ਸਮਝ ਲਿਓ ਅਸੀਂ ਚੰਦਨ ਦੇ ਰੁੱਖ ਦੇ ਕੋਲ ਹਾਂ, ਪਰ ਹਾਂ ਬਾਂਸ ਅਸਰ ਕੋਈ ਨਹੀਂ ਹੋ ਰਿਹਾ, ਅਸਰ ਕੋਈ ਨਹੀਂ ਹੁੰਦਾ, ਕਿਉਂਕਿ ਕਰੂਲੀਆਂ ਕੀਤੀਆਂ ਪਿਆਸ ਨਹੀਂ ਮਿਟਿਆ ਕਰਦੀ, ਸਿਰ 'ਚ ਪਾਣੀ ਪਾਇਆ ਪਿਆਸ ਨਹੀਂ ਮਿਟਦੀ, ਪਿਆਸ ਉਦੋਂ ਮਿਟਦੀ ਹੈ ਜਦੋਂ ਪਾਣੀ ਅੰਦਰ ਗਲੇ ਦੇ ਥੱਲੇ ਜਾਏ। ਪਰ ਪ੍ਰੋਬਲਮ ਇਹ ਹੈ, ਬਹੁਤੇ ਕਰੂਲੀਆਂ ਹੀ ਕਰੀ ਜਾਂਦੇ ਬਾਣੀ ਦੀਆਂ,
ਨਹਾਈ ਜਾਂਦੇ ਹੈ, ਅੰਦਰ ਜਾਂਦੀ ਕੋਈ ਨਹੀਂ। ਅਤੇ ਸਤਿਗੁਰੂ ਨੇ ਕੀ ਕਿਹਾ ਕਿ ਸਤਿਗੁਰੂ ਇੱਕ ਚੰਦਨ ਦਾ ਰੁੱਖ ਹੈ, ਉਹਦੇ ਕੋਲ ਆਈ ਤੇਰਾ ਜੀਵਨ ਸੁਧਾਰ ਦੇਗਾ, ਪਰ ਵਾਂਸ ਦਾ ਦਰਖਤ ਨਾ ਬਣ ਕੇ ਆਈ, ਕਠੋਰ ਨਾ ਬਣ ਕੇ ਆਈ, ਤੇਰੇ ਅੰਦਰ ਕੋਈ ਨਾ ਕੋਈ ਚੀਜ਼ ਜਾਣੀ ਚਾਹੀਦੀ। ਫਿਰ ਵਾਂਸ ਦੇ ਦਰਖਤ ਦੀ ਦੂਸਰੀ ਪ੍ਰੋਬਲਮ ਇੱਕ ਹੋਰ ਹੈ, ਜੰਗਲ ਦੇ ਵਿੱਚ ਬਹੁਤਾਂਤ ਅੱਗ ਵਾਂਸ ਦਾ ਦਰਖਤ ਲਾਉਂਦਾ, ਜਦੋਂ ਹਨੇਰੀ ਚੱਲਦੀ ਹੋਵੇ ਨਾ ਵਾਂਸ ਦਾ ਦਰਖਤ ਇੱਕ ਦੂਜੇ ਨਾਲ ਘਸਰਦਾ, ਇੱਦਾਂ ਆਪਸ ਦੇ ਵਿੱਚ ਹੀ ਘਸਰਨਾ ਸ਼ੁਰੂ ਹੋ ਜਾਂਦਾ ਹੈ, ਅਤੇ ਜਿਉਂ 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 ਘਸਰਦਾ ਹੈ ਨਾ, ਜਿਵੇਂ ਦੋ ਪੱਥਰ ਲਈਏ ਦੋਨਾਂ ਨੂੰ ਘਸਰਨਾ ਸ਼ੁਰੂ ਕਰ ਦਈਏ ਤਾਂ ਅੱਗ ਨਿਕਲਦੀ ਹੈ, ਇੱਦਾਂ ਹੀ ਵਾਂਸ ਦਾ ਦਰਖਤ ਘਸਰਨਾ ਸ਼ੁਰੂ ਹੋ ਜਾਏ ਅਤੇ ਉਹਦੇ ਵਿੱਚੋਂ ਹੀ ਅੱਗ ਨਿਕਲਦੀ ਹੈ, ਜਿੱਥੇ ਆਪ ਸੜਦਾ ਕੰਬਖਤ ਉੱਥੇ ਪੂਰਾ ਦਾ ਪੂਰਾ ਜੰਗਲ ਸਾੜ ਦਿੰਦਾ ਹੈ। ਵਾਂਸ ਦੇ ਦਰਖਤ ਵਰਗੇ ਕੁਝ ਲੋਕ ਹੁੰਦੇ ਨੇ, ਸੱਪ ਵਾਂਗੂ ਉਹਨਾਂ ਦੇ ਅੰਦਰ ਇੰਨਾ ਜ਼ਹਿਰ ਪੈਦਾ ਹੋ ਜਾਂਦਾ ਕਿ ਆਪਣੀ ਹੀ ਅੱਗ ਅੰਦਰ ਦੀ ਜਿਹੜੀ ਹੁੰਦੀ ਹੈ, ਆਪਣੀ ਜ਼ਹਿਰ ਜਿਹੜੀ ਅੰਦਰ ਦੀ ਹੁੰਦੀ ਹੈ, ਜਿੱਥੇ ਉਹਦੇ ਨਾਲ ਆਪ ਖਤਮ ਹੁੰਦੇ ਨੇ ਉੱਥੇ ਆਪ ਸੜਦੇ ਨੇ, ਉੱਥੇ ਨਾਲ ਦੀ ਨਾਲ ਸਮਾਜ ਨੂੰ ਵੀ ਖਤਮ ਕਰਦੇ ਜਾਂਦੇ ਨੇ। ਇਹ ਇਗਜ਼ਾਮਪਲਾਂ ਨੇ ਬਾਣੀ ਦੀਆਂ ਜਿਹੜੀਆਂ ਸਤਿਗੁਰੂ ਨੇ ਦਿੱਤੀਆਂ, ਇੱਦਾਂ ਦੇ ਨਹੀਂ ਜੀ ਬਣਨਾ ਆਪਾਂ। ਸਤਿਗੁਰ ਪੂਰਾ ਪਾਰ ਜਾਤ ਸਿਮਲ ਸਫਲ ਕਰੈ ਸੰਗ ਲੀਨਾ। ਸਤਿਗੁਰੂ ਪਾਰ ਜਾਤ ਦਰਖਤ ਹੈ, ਉਹ ਨਕਲੀ ਪਾਰ ਜਾਤ ਨਹੀਂ ਜਿਹੜਾ ਕਹਿੰਦੇ ਨੇ ਵੀ ਸਵਰਗਾਂ ਦੇ ਵਿੱਚ ਲੱਗਾ। ਹੁਣ ਇਹ ਵੀ ਸੁਣ ਲਿਓ, ਸਵਰਗ ਦੇ ਵਿੱਚ ਬੜੀਆਂ ਚੀਜ਼ਾਂ ਪੈਦਾ ਕੀਤੀਆਂ ਗਈਆਂ, ਉਹ ਨਕਲੀ ਸਵਰਗ ਹੈ। ਨਕਲੀ ਸਵਰਗਾਂ ਦੇ ਅੰਦਰ ਬੜੀਆਂ ਨਕਲੀ ਨਕਲੀ ਚੀਜ਼ਾਂ ਪੈਦਾ ਕੀਤੀਆਂ ਗਈਆਂ, ਜਿਵੇਂ ਕਾਮ ਧੇਨ ਗਊ ਕਿਹਾ ਜਾਂਦਾ ਸਵਰਗ ਵਿੱਚ ਹੈ। ਕਾਮ ਧੇਨ ਗਊ ਦਾ ਮਾਮਲਾ ਇਹ ਹੈ ਕਿ ਜੀ ਉਹ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੰਦੀ ਹੈ, ਸਭ ਕੁਝ ਦੇ ਦਿੰਦੀ ਹੈ, ਪਰ ਰਹਿੰਦੀ ਹੈ ਸਵਰਗ ਦੇ ਵਿੱਚ, ਉਹਨੂੰ ਕਾਮ ਧੇਨੂ ਆਖਿਆ ਜਾਂਦਾ। ਕਾਮ ਧੇਨੂ ਦਾ ਮਤਲਬ ਹੁੰਦਾ ਕਾਮਨਾ ਪੂਰੀਆਂ ਕਰਨ ਵਾਲੀ, ਜੋ ਇੱਛਾਵਾਂ ਪੂਰੀਆਂ ਕਰਦੇ। ਅਤੇ ਸਵਰਗ ਦੇ ਵਿੱਚ ਹੀ ਰੱਖਿਆ ਗਿਆ ਪਾਰ ਜਾਤ ਦਰਖਤ, ਅਤੇ ਪਾਰ ਜਾਤ ਦਰਖਤ ਦੇ ਬਾਰੇ ਵੀ ਇਹੀ ਹੈ ਕਿ ਉਹਦੇ ਦਰਖਤ ਦੇ ਥੱਲੇ ਬਹਿ ਕੇ ਜੋ ਤੁਸੀਂ ਚਿਤਵੋਗੇ ਨਾ, ਜੋ ਮੰਗੋਗੇ। ਮੰਨ ਲਓ ਮੈਂ ਦਰਖਤ ਥੱਲੇ ਹੈ, ਅਤੇ ਜੇ ਮੇਰਾ ਮਨ ਕੀਤਾ ਵੀ ਮੈਂ ਗੁਲਾਬ ਜਾਮਣ ਖਾਣੇ ਹੈ ਤਾਂ ਥਾਲੀ ਆ ਜਾਣੀ, ਜੇ ਮੇਰਾ ਮਨ ਕੀਤਾ ਵੀ ਭੁੱਖ ਲੱਗੀ ਹੈ ਰੋਟੀ ਖਾਣੀ ਤਾਂ ਥਾਲੀ ਭਰ ਕੇ ਆ ਜਾਣੀ, ਕੰਮ ਕਰ ਕਰਨ ਦੀ ਕੋਈ ਲੋੜ ਨਹੀਂ, ਟੈਨਸ਼ਨ ਚਿੰਤਾ ਨਹੀਂ। ਜੇ ਮਨ ਕੀਤਾ ਵਧੀਆ ਕੋਟ ਪੈਂਟ ਚਾਹੀਦਾ ਤਾਂ ਆ ਗਿਆ, ਜੇ ਮਨ ਕੀਤਾ ਵਧੀਆ ਫਰਾਰੀ ਚਾਹੀਦੀ ਤਾਂ ਆ ਗਈ, ਮਤਲਬ ਕਿ ਸਭ ਕੁਝ ਦੇ ਗਿਆ। ਫਿਰ ਉਹ ਪਾਰ ਜਾਂ ਦਰਖਤ ਨੇ ਲੋਕਾਂ ਨੂੰ ਬਣਾਇਆ, ਵਿਹਲੜ ਹੈ ਕੱਖ ਨਹੀਂ ਹੈ, ਇਹ ਵਿਹਲੜਾਂ ਦੇ ਕੰਮ ਹੈ ਜਿਨ੍ਹਾਂ ਨੇ ਇੱਦਾਂ ਦੀ ਚੀਜ਼ਾਂ ਪੈਦਾ ਕੀਤੀਆਂ। ਅਸਲ ਪਾਰ ਜਾਤ ਦਰਖਤ ਹੈ ਤੁਹਾਡੀ ਮਿਹਨਤ, ਤੁਹਾਡੀ ਮਿਹਨਤ ਜੋ ਤੁਸੀਂ ਅੱਠ ਅੱਠ ਦਸ ਦਸ ਬਾਰਾਂ ਬਾਰਾਂ ਘੰਟੇ ਫੈਕਟਰੀਆਂ 'ਚ ਲਾ ਕੇ ਆਉਂਦੇ ਹੋ, ਆਪਣੇ ਆਫਿਸਾਂ ਵਿੱਚ ਲਾ ਕੇ ਆਉਂਦੇ ਹੋ, ਉਹ ਹੈ ਕਾਮ ਧੇਨ ਗਊ, ਉਹ ਹੈ ਪਾਰ ਜਾਤ ਦਰਖਤ, ਜੋ ਤੁਹਾਡੀ ਮਿਹਨਤ ਤੋਂ ਪੈਦਾ ਹੁੰਦਾ ਹੈ, ਅਤੇ ਤੁਹਾਡੀ ਮਿਹਨਤ ਹੈ ਸਾਰਾ ਕੁਛ। ਵਿਹਲੜਾਂ ਵਾਲੇ ਕੰਮ ਗੁਰਬਾਣੀ ਨਹੀਂ ਦਿੰਦੀ ਵੀ ਕਾਮ ਧੇਨ ਗਊ ਦੇ ਪੈਰ ਫੜ ਲਓ ਤੇ ਮਿਲ ਗਿਆ, ਪਾਰ ਜਾਤ ਦਰਖਤ ਦੇ ਥੱਲੇ ਬਹਿ ਕੇ ਤੋਂ ਸਭ ਕੁਛ ਮਿਲ ਗਿਆ। ਸਤਿਗੁਰੂ ਨੇ ਕਾਮ ਧੇਨ ਗਊ ਕੀ, ਪਾਰ ਜਾਤ ਦਰਖਤ ਕੀ, ਸਤਿਗੁਰੂ ਨੇ ਸਵਰਗੀ ਨਹੀਂ ਮੰਨਿਆ।